अरे वो सब बड़ी की हाल है साहब, तो उम्मीद करना सब ठीक ठाक होवोगे जी। सो जी गुड मॉर्निंग, और आज असी जा रहे हैं लाहौर, साढ़े को टाइम घट है, ऑलरेडी लेट हो गए हैं। सो फास्ट आप गड्डी बवोंगे, और गड्डी स्टार्ट की गर्म होंगी अभी, और चल रहे हैं लाहौर एक काम वास्ते। तुसी थंबनेल तो वेख लिया होना सानू काम की है, तो आयो चलिए नाल तुहानू दस्सने आ कि काम क्यों असी कराउण लगे। साढ़े नाल चले ने, तुहानू पता ही है, इहदा तुहानू पता ही है, ठीक है, इहदा तुहानू पता ही है, ठीक है जी। जल्दी जल्दी अपना इंट्रोडक्शन दिओ ताकि अहीं निकलीए। कोली मारो इस गल नूं, चलिए। सो भाई सफर जिहड़ा शुरू हो गया, तुम्हें हुण भौंक लै विच, ठीक है जी। लान लगे हाँ हाले तो जी घर के कोल ही, यार गड्डियां बहुत यार जलील कर दी। बाकी जरा सफर शुरू हो गया, असं ऑलरेडी लेट हाँ, दसी दसी पहुँच गए पंप से, चल के पेट्रोल पवाइए तो भाजी उस बाद लाहौर चल के तुम मिलने हैं, क्योंकि उत्थे भी कुछ काम कुम ने, पहला वह भी करना ने मेन काम करने तो पहला। बाकी गाइज मौसम जरा चेक करो कैसा मस्त माहौल है। सो भी गाइज हमेशा ही तरह ही आ गए हैं पंप से जी, पंप से तेल शेल पै रहे जी, ठीक है जी। वह पता दिखता मैं तेल पा रहे हैं, तो तेल पैंता है, तो फिर जनाब अभी पेमेंट करने हैं, तो पेमेंट करके सब तो पानी का भी घोटा पी रही है, खर्चा भी कर लीए। सो तू पानी लवेंगे, पानी पी के सर जी अभी तुड़ पवेंगे। की क्या करो पानी पी के, मैं पी के अल्लाह फिर तू कहना मैं सफर च खड़ते नहीं यार, तुम ਇਹਨਾਂ ਗੱਲਾਂ ਕਰਕੇ ਤੁਹਾਨੂੰ ਮੈਂ ਤਾਂ ਨਹੀਂ ਇੰਨੇ ਮਾਰਨਾ ਯਾਰ ਸਾਡੀ, ਤੂੰ ਸਿਆਣਾ ਬੰਦਾ ਸਿਆਣੀ ਗੱਲ ਕਰਦਾ, ਕਿਹੜਾ ਸਿਆਣਾ ਬੰਦਾ ਜਿਹੜਾ ਸੁਬਹ ਸੁਬਹ ਕਾਲੀਆਂ ਨੇ ਪਾਗਲ ਨਾ ਬੰਦ ਬੈਠਾ ਹੁੰਦਾ ਯਾਰ, ਉਹ ਆਖੋ ਮੈਂ ਚੁੱਪਤੀ ਹੈ ਨਾ, ਉਹਦੇ ਹਿਸਾਬ ਹੋ ਗਿਆ ਅੰਨੀ ਘੋੜੀ ਹਿਰਨਾ ਦੇ ਸਵਾਰ। ਸੋ ਜੀ ਅੰਨੀ ਘੋੜੀ ਹਿਰਨਾ ਦੇ ਸਵਾਰ। ਸੋ ਜੀ ਗਾਇਜ਼ ਤੇਲ ਜਿਹੜਾ ਨਾ ਯੈਸ ਹੋ ਗਿਆ, ਉਦੋਂ ਪਾਣੀ ਪਾੜਨੇ ਦਾ ਸਫ਼ਰ ਕੰਟੀਨਿਊ ਕਰਨਾ ਤਾਂ ਕੋਈ ਜਵਾਨ ਗਏ ਨੇ ਸਟੋਰ ਤੇ ਸਮਾਨ ਸਮਾਨ ਲੈਣ ਵਾਸਤੇ, ਤੇ ਬਾਕੀ ਤੁਹਾਨੂੰ ਮੈਂ ਗੱਡੀ ਬਾਰੇ ਥੋੜੀ ਜਿਹੀ ਡਿਟੇਲ ਦੱਸਣਾ। ਗੱਡੀ ਦੇ ਤੁਸੀਂ ਵੇਖ ਸਕਦੇ ਹੋ ਸ਼ੀਸ਼ੇ ਹੀ ਲਾ ਛੱਡੇ ਨੇ ਜਿਹੜੇ ਕਾਲੇ ਕਰਾਏ ਹਨ, ਨੰਬਰ ਪਲੇਟ ਜਿਹੜੀ ਨਾ ਉਹ ਵੀ ਓਰੀਜਨਲ ਲਾ ਛੱਡੀ। ਅਸੀਂ ਬਣ ਗਏ ਸਰ ਜ਼ਿੰਮੇਵਾਰ ਸ਼ਹਿਰੀ ਯਾਰ, ਸਿਆਣੇ ਹੋ ਗਏ ਅਸੀਂ। ਬਾਕੀ ਫਿਰ ਵੀ ਵੇਖਦੇ ਹਾਂ ਨਾਕੇ ਤੇ ਸਾਨੂੰ ਖਿਲਾਰ ਦੇਣੇ ਕਿ ਨਹੀਂ, ਉਹ ਹਮੇਸ਼ਾ ਖਿਲਾਰ ਦਿੰਦੇ, ਜਿਵੇਂ ਨਾਨਕੇ ਪਿੰਡ ਜਾਈਏ ਨਾ ਉਹ ਹਿਸਾਬ ਹੈ ਭਾਈ। ਲੋਕ ਆਏ ਚੜ ਗਏ ਅਸੀਂ ਮੋਟਰਵੇ ਤੇ ਜੀ, ਔਰ ਇੱਥੋਂ ਉਤਰਨਾ ਸਿੱਧਾ ਹੀ ਜੋਹਰ ਟਾਊਨ ਦੇ ਵਿੱਚ। ਲੋਕ ਆਏ ਫਾਈਨਲੀ ਜਿੱਥੇ ਅਸੀਂ ਲੋਕੇਸ਼ਨ ਲਾਈ ਸੀ ਉੱਥੇ ਆ ਗਏ ਹਾਂ। ਚੀਮਾ ਸਾਹਿਬ ਨੇ ਲਾਈ ਸੀ, ਸੋ ਮੈਂ ਥੋੜ੍ਹਾ ਡਾਊਟ ਵਿੱਚ ਹਾਂ, ਇਹ ਇੱਥੇ ਕਰਕੇ ਅਸੀਂ ਆਏ ਹਾਂ। ਸੋ ਥੋੜ੍ਹਾ ਅੱਗੇ ਹੋ ਗਏ ਉੱਥੇ ਗਾਰਡ ਗੂਰਡ ਨੂੰ ਪੁੱਛ ਰਹੇ ਹਾਂ, ਹਾਲੇ ਇਹ ਤੁਹਾਡਾ ਬੰਦਾ ਗਿਆ ਕੋਈ ਕੰਮ ਵਾਸਤੇ, ਅੱਗੇ ਪੁੱਛ ਰਹੇ ਹਾਂ ਭਾਅ ਜੀ ਇਹੀ ਇਹੀ ਸਿਸਟਮ ਹੈ ਨਾ ਕਿ ਅੱਗੇ ਜਾਣਾ ਕਿਤੇ, ਸਮਝਦੇ ਹੋ। ਸੋ ਫਿਰ ਇਨਸ਼ਾਅੱਲਾ ਫਿਰ ਅੱਗੇ ਇੱਥੋਂ ਕਨਫਰਮ ਕਰਕੇ, ਹਾਲੇ ਸਾਡੇ ਕੋਲ ਕਾਫੀ ਟਾਈਮ ਹੈ, 8 ਵਜੇ ਆ ਗਏ ਅਸੀਂ। ਸਾਡੇ ਮਾਂ ਜੀ ਕਾਫੀ ਜ਼ਿੰਮੇਦਾਰ ਨੇ, ਉਹਨਾਂ ਨੂੰ ਕਿਹਾ 5 ਵਜੇ ਪੁੱਤਰ ਆਈਓ, ਕਿਉਂਕਿ ਲਾਹੌਰ ਜਾਣਾ ਨਾ ਬਹੁਤ ਦੂਰ ਹੈ ਪੁੱਤਰ। ਸੋ ਮਾਵਾਂ ਤੁਹਾਨੂੰ ਪਤਾ ਫਿਰ ਰਹਿੰਦੀਆਂ ਹੁੰਦੀਆਂ। ਸੋ ਇਸ ਵਕਤ 8 ਵਜੇ ਨੇ ਸਾਡੀ, 9:30 ਵਜੇ ਅਪੁਆਇੰਟਮੈਂਟ ਹੈ, ਹੁਣ ਇੱਧਰ ਅਸੀਂ ਖੱਜਲ ਹੋਵਾਂਗੇ ਇੱਥੇ ਸਰ ਹਮੇਸ਼ਾ ਹੀ ਤਰ੍ਹਾਂ। ਸੋ ਗਾਇਜ਼ ਐਡਰੈਸ ਅਸੀਂ ਕਨਫਰਮ ਕਰ ਲਿਆ, ਬਾਕੀ ਉਹੀ ਐਡਰੈਸ ਸੀ, ਠੀਕ ਹੈ। ਚੀਮਾ ਕਾਮਯਾਬ ਰਹਿ ਗਿਆ, ਅਤੇ ਹੁਣ ਅਸੀਂ ਚੱਲੇ ਹਾਂ ਜਰਾ ਪੰਪ 'ਤੇ ਜਾ ਖਲਾਉਣਾ, ਜੱਟ ਸਾਹਿਬ ਦੇ ਝਾਰੀਆਂ ਹੀ ਟੁੱਟ ਗਿਆ, ਹੁਣ ਅਸੀਂ ਚੱਲੇ ਲੋ ਵੀ ਐਡਰੈਸ ਹੀ। ਹੁਣ ਆ ਗਏ ਹਾਂ ਪੰਪ 'ਤੇ, ਪੰਪ ਜਾਣਾ ਵਾਸ਼ਰੂਮ ਹੈ, ਬਾਏ ਦੇ ਪੰਪ 'ਤੇ ਸੀ ਇੱਕ ਦਫ਼ਾ ਪਹਿਲਾਂ ਵੀ ਆਏ ਹਾਂ। ਚੀਮਾ ਜੀ ਆ ਤੁਹਾਨੂੰ, ਤੁਸੀਂ ਨਹੀਂ ਸੋ ਬਲਕਿ ਅਸੀਂ ਆਏ ਸਾਂ, ਉਦੋਂ ਵਿਹਲਾ ਹੋ ਗਿਆ ਜੀ, ਹੁਣ ਅਸੀਂ ਜੀ ਖਲੋਤੇ ਹਾਂ, ਭਾਈ ਹਰੀ ਨਾਸ਼ਤਾ ਵਗੈਰਾ ਕਰਨ ਦੇਣ। ਸੋ ਇਸ ਤੋਂ ਬਾਅਦ ਜਾਣਾ ਫੋਟੋਆਂ ਬਣਾਉਣ ਚੀਮਾ ਜੀ, ਮਾਰਕੀਟ 'ਚ ਫੋਟੋਆਂ ਬਣਾਉਣੀਆਂ, ਹੋਰ ਨਾਲ ਕਰਨਾ ਬਸ ਕਾਪੀਆਂ ਕਰਾਉਣੀਆਂ ਬਸ ਦੱਸ, ਅਤੇ ਬਾਕੀ ਜਾਂਦੇ ਹਾਂ ਜਾ ਕੇ ਫੋਟੋਆਂ ਬਣਾਈਏ ਕਾਪੀ, ਕਿਉਂਕਿ ਅਸੀਂ ਦੇਖਣਾ ਜੀ ਐਜ਼ ਆ ਜ਼ਿੰਮੇਦਾਰ ਸ਼ਹਿਰੀ ਅਸੀਂ ਮਾਸ਼ਾਅੱਲਾ ਤੁਹਾਨੂੰ ਪਤਾ ਅਸੀਂ ਜੱਟ ਵੀ ਹੈਗੇ ਹਾਂ, ਟਾਈਮ ਨਾਲ ਤਾਂ ਆ ਗਏ ਹਾਂ, ਪਰ ਨਾ ਮੈਂ ਫੋਟੋਆਂ ਬਣਾਈਆਂ ਸੀ ਨਾ ਮੈਂ ਕੋਈ ਪੇਪਰ ਕਢਾਇਆ ਸੀ, ਸੋ ਉਹ ਵੀ ਅਸੀਂ ਹੁਣ ਹੀ ਕਢਾਵਾਂਗੇ, ਸਮਝ ਲਿਓ। ਚੀਮਾ ਜੀ ਜੀ ਸਾਨੂੰ ਪਤਾ ਨਹੀਂ ਕਿੱਥੇ ਲੈ ਜੇ, ਠੀਕ ਹੈ, ਅਤੇ ਇੱਥੇ ਆਉਂਦਾ ਕਾਪੀਆਂ ਹੁੰਦੀਆਂ ਨੇ, ਪਤਾ ਨਹੀਂ ਸੱਜੇ ਜਾਂਦੇ ਦੁੱਧ ਦਹੀਂ ਦੀ ਦੁਕਾਨ 'ਤੇ ਆਉਂਦਾ ਕਾਪੀ, ਹਾਂ ਨਹੀਂ ਨਹੀਂ ਦੁੱਧ ਦਹੀਂ ਵਾਲੇ ਨਹੀਂ, ਹਾਂ ਉਹਦੀ ਮਸ਼ੀਨ ਖਰਾਬ ਹੈ, ਸਾਹਮਣੇ ਦੁਕਾਨ ਜਿਹੜੀ ਉਹ ਬੰਦ ਹੈ, ਉਹ 10 ਵਜੇ ਖੁੱਲਣੀ ਆ, ਤੇ ਫਿਰ ਸਿੱਧਾ ਜਾ ਕੇ ਨਾ ਅੱਗੋਂ ਖੱਬੇ ਜਾਂਦੇ। ਚਲੋ ਠੀਕ, ਇਹ ਉੱਥੇ ਕੀ ਹੈ, ਓਕੇ ਚਲੋ ਜੀ। ਗਾਇਜ਼ ਫਾਈਨਲੀ ਹੀ ਆ ਗਏ ਹਾਂ ਫੋਟੋ ਸਟੂਡੀਓ ਦੇ, ਸੋ ਗਾਇਜ਼ ਇੱਥੇ ਅਸੀਂ ਬੜੇ ਹਾਂ, ਸਾਡੀ ਕਿਸਮਤ ਚੈੱਕ ਕਰੋ, ਵੜਦੇ ਵੜੀਏ ਕੰਮ ਲਾਈਫ ਚਲੀ ਗਈ। ਬਾਕੀ ਆ ਭਾਈ ਜਿਹੜੇ ਇਹਨਾਂ ਨੇ ਤੁਹਾਡਾ ਫੋਨ ਫੂਨ ਦੱਸਿਆ ਸੀ, ਬਾਕੀ ਹੁਣ ਅਸੀਂ ਵਾਪਸ ਜਾਵਾਂਗੇ ਦੁਬਾਰਾ ਕਿਸੇ ਹੋਰ ਸ਼ੋਪ 'ਤੇ, ਉੱਥੇ ਚੱਲ ਕੇ ਅਸੀਂ ਫੋਟੋ ਕਢਾਵਾਂਗੇ। ਤੁਸੀਂ ਏਟੋ ਅਸੀਂ ਆਏ ਹਾਂ 8 ਵਜੇ ਦੇ, 8 ਵਜੇ ਸਾਰਾ ਲਾਹੌਰ ਫਿਰ ਛੱਡਿਆ, ਸਾਰਾ ਲਾਹੌਰ ਟੋਟਲ ਸਾਨੂੰ ਭਾਈ ਇੱਥੇ ਲੱਗ ਗਏ। ਆ ਭਾਈ ਹੁਣ ਵਹਾਣੇ ਨਹੀਂ, ਭਾਈ ਦੀ ਪ੍ਰਾਈਵੇਸੀ ਹੋ ਸਕਦੀ ਹੈ, ਭਾਈ ਇੱਥੇ ਸਾਨੂੰ ਲੱਗ ਗਿਆ। ਇਹਦੇ ਉਹ ਹਿਸਾਬ ਹੋ ਗਿਆ, ਖਜੂਰ ਸੇ ਗਿਰਾ ਅਸਮਾਨ ਮੇਂ ਅਟਕਾ, ਔਰ ਉਹ ਏਟੋ ਸਾਡੀਆਂ ਕਾਪੀਆਂ ਹੋ ਗਈਆਂ, ਠੀਕ ਹੈ, ਅਤੇ ਗੱਡੀ ਜਿਹੜੀ ਨੇ ਅੰਦਰ ਲੈ ਕੇ ਜਾ ਸਕਦੇ ਅਸੀਂ, ਸੋ ਗੱਡੀ ਅੰਦਰ ਲੈ ਕੇ। ਓ ਗਾਇਜ਼ ਸੋਰੀ ਮੈਂ ਵਲੌਗ ਭੁੱਲ ਗਿਆ ਹਾਂ,
अंदर सिस्टम होना, मेरी शर्ट लुवा के ना मेरा मुंह उधर नु कराया, तो मैं भूल गया मैं कितों आया ते कितों नहीं, इस करके जरा ना समझ दो मैं घबरा गया। मैं यार ये प्रोग्राम हो रहा भाई, खास शोका लगा मैं ब्लॉग बड़े भूल गया अंदर भाई ना भी ना वीडियो बना नहीं देंगे है, कैमरा बैन है चुई साहब। सो हूँ असी मोटर में चढ़ गए जा रहे हैं वापस गुजराला। सो असी गुजराला जाके ही कॉफ़ी पीवेंगे कॉफ़ी बेन्स तो, क्योंकि इतने चुई साहब साढ़ा जोड़ा कुछ सिस्टम कौन नहीं है, यूनो साड़ी जान पछाण कौन नहीं, नाले सुबह का टाइम है इस टाइम यूनो रौनक भी कौन नहीं होनी, समझा करो गल चल के मिलने तुम गुजरा वाला या कितने पंप तक करा के तुम मिलने। ओके दल साहब लो वी गाइज असी वाशरूम वगैरह हो रहे हैं, मैं खान साहब न पूछे है, खान साहब वाइट पॉलिश नहीं रखी, वीडियो बना सकते हूँ आपकी कि नहीं, प्राइवेसी होती है ना, रहने दूँ? हाँ ठीक है, पूछ के देखो हम लोग पूछ के वीडियो बनाते हैं, क्योंकि हम मुँह झुक के किसी की वीडियो बनाना गलत कर ले यार। और खान साहब सब अच्छा यार, ड्रम स्टिक लगवा ली यार है, मैनू तेरे तो मसला नहीं होने, इन्हें मांग लेनी चलो फिर थोड़ी ट्राई कर लेने, चेक करने मजा आया चोरिया थोड़ी जी चेक करा यार, खोते दा गोश्त लेकिन हैवी मजा दी यार, खोते दा गोश्त कैसे हो सकता है, खोता दे हाले खोते सर, मैं वैसे चेक करा बहुत गजारा मजा आए सही है ठीक है नहीं सही है। सो गाइस असी इतू खा पी लिया और हुण असी चले आ गुजरांवाला वापस। सो आए साडे नाल ਗੱਡੀ ਮੈਂ ਖੋਲ ਲਈ ਹੈ ਬਾਈ ਦੇ ਵੇ ਤੁਹਾਨੂੰ ਇੱਕ ਚੀਜ਼ ਚੈੱਕ ਕਰਾਉਣਾ। ਲੋ ਵੀ ਗਾਇਜ਼ ਹੁਣ ਅਸੀਂ ਆਏ ਹਾਂ ਆਪਣੀ ਗੱਡੀ ਨੂੰ ਐਮ ਟੈਗ ਲਵਾਉਣ ਵਾਸਤੇ, ਕਾਫੀ ਦੇਰ ਦਾ ਐਮ ਟੈਗ ਇੱਥੇ ਚੱਲ ਰਿਹਾ ਬਟ ਅਸੀਂ ਨਹੀਂ ਲਵਾਇਆ, ਤੁਹਾਨੂੰ ਪਤਾ ਬੜੇ ਲਾਪਰਵਾਹ ਜਿਹਾ ਬੰਦੇ ਹਾਂ ਅਸੀਂ, ਲਾਪਰਵਾਹ ਨਹੀਂ ਖੈਰ ਜਦੋਂ ਵੀ ਆਏ ਤਾਂ ਅਸੀਂ ਗੱਡੀ ਦੀ ਕਾਪੀ ਸ਼ਾਪੀ ਕੁਛ ਨਾਲ ਨਹੀਂ ਸੀ ਹੁੰਦਾ। ਸੋ ਅੱਜ ਅਸੀਂ ਫਾਈਨਲੀ ਕਾਪੀ ਆਉਂਦੀ ਸਾਰਾ ਕੁਛ ਆਉਂਦਾ ਔਰ ਐਮ ਟੈਗ ਜਿਹੜਾ ਲੱਗਣ ਲੱਗਾ, ਸਾਡੇ ਭਰਾ ਸਾਹਿਬ ਨੇ ਇਹ ਲਾਉਣ ਲੱਗੇ ਨਾ, ਮਿਹਰਬਾਨੀ ਉਹ ਵੀ ਹਟੋ, ਐਮ ਟੈਗ ਫਾਈਨਲੀ ਲੱਗ ਗਿਆ ਜੇ ਅਤੇ ਹੈਲੋ ਕਰੋ खोती बोर्ड थले कॉफी बीन्स ते तुसी पीवांगे की कॉफी कॉफी कॉफी। सो लोरो सानू स्वाद नहीं आया, सो इत्थों ही पीने असी स्पेशल आज कॉफी पीए। लो वी अटो कॉफी जिहड़ी है ਹੁਣ ਅਸੀਂ ਜਾਣਾ ਘਰ ਅਤੇ ਘਰ ਜਾ ਕੇ ਮਿਲਿਆ ਛੋਟੇ ਜੈਨੀ ਨੂੰ, ਜਾਣੀ ਘਰ ਤੋਂ ਬਾਹਰ ਸੀ ਤਬੀਅਤ ਉਹਦੀ ਅੱਛੀ ਨਹੀਂ ਹੈ, ਉਹਨੂੰ ਲੈ ਕੇ ਬਾਹਰ ਨਿਕਲ ਜਿੱਦਾਂ ਉਹਨੂੰ ਲੈ ਕੇ ਤਾਂ ਜਾਈਏ ਉਹਨੇ ਜਾਵਾਂਗੇ ਉਹਨੂੰ ਲੈ ਕੇ ਵੀ ਬਾਹਰ ਜਾਵਾਂਗੇ, ਉਹ ਵੀ ਵਲੌਗ ਦੇ ਵਿੱਚ ਐਡ ਕਰਾਂਗੇ। ਲੋ ਗਾਇਜ਼ ਫਾਈਨਲੀ ਅਸੀਂ ਆ ਗਏ ਹਾਂ ਘਰ ਦੇ ਬਾਹਰ ਅਤੇ ਚੜ ਕੇ ਮਿਲਿਆ ਜੈਨੀ ਨੂੰ। ਸੋ ਗਾਇਜ਼ ਘਰ ਆ ਗਏ, ਜੈਨੀ ਕਿਆ ਹੋ ਗਿਆ, ਬਾਹਰ ਜਾਣਾ ਜਾਣਾ ਘਰ ਬਾਹਰ ਜਾਣਾ ਜਾਤੇ ਹਾਂ ਜਾਤੇ। ਹਾਂ ਬਈ ਜੈਨ ਕਿੱਧਰ ਜਾਣਾ ਕਿੱਧਰ ਜਾਣਾ, ਏਸਨ ਕਰਨੇ ਜਾਣਾ, ਨਹੀਂ ਨਹੀਂ ਜਾਣਾ ਕਿੱਧਰ ਹੈ, ਕਿੱਧਰ ਜਾਣਾ, ਏਸਨ ਕਰਨਾ ਹੈਂ, ਕਿਆ ਏਸਨ ਕਰਨਾ ਹੈਂ। ਸੋ ਜ਼ੈਨ ਨੂੰ ਲੈ ਕੇ ਅਸੀਂ ਬਾਹਰ ਜਾ ਰਹੇ ਹਾਂ, ਫਿਰ ਅਸੀਂ ਵਲੌਗ ਨੂੰ ਕਲੀਅਰ ਕਰਨਾ ਹੈਗਾ, ਕਿਉਂਕਿ ਭਾਈ ਮੈਨੂੰ ਨੀਂਦਰ ਆਈ ਫੁੱਲ, ਮੈਂ ਬਹੁਤ ਗਰਮ ਸੋਇਆ ਹਾਂ ਠੀਕ ਹੈ। ਸੋ ਜੈਨੀ ਵਲੌਗ। ਸੋ ਗਾਇਜ਼ ਫਸਟ ਆਫ ਆਲ ਸਾਡੀ ਜਿਹੜੀ ਕੇਬਲ ਹੈ ਨਾ ਜ਼ੈਨੀ ਨੂੰ ਅਸੀਂ ਨਾਲ ਬਿਠਾ ਲਿਆ, ਇਹ ਖਰਾਬ ਹੋ ਗਈ ਹੈ, ਪਿਛਾੜੇ ਲਈ ਇੱਕ ਦੁਕਾਨ ਤੋਂ, ਉੱਥੇ ਜਾਂਦੇ ਹਾਂ ਉਹਦਾ ਜਾ ਕੇ ਉਹਨੂੰ ਤਰਲਾ ਮਾਰਨੇ ਕਿ ਯਾਰ ਸਾਡੇ ਨਾਲ ਕੀ ਕੀਤਾ ਜੀ, ਅਸੀਂ ਤਾਂ ਅੱਗੇ ਯਤੀਮ ਆਦਮੀ ਯਾਰ, ਅਸੀਂ ਤਾਂ ਅੱਗੇ ਬੜੇ ਦੁਖੀ ਹਾਂ, ਇਹ ਸਾਡੇ ਨਾਲ ਕੀ ਕੀਤਾ ਯਾਰ, ਇੰਜ ਕਿਸੇ ਨੇ ਕਰੀਦਾ ਨਾ ਕਰਿਆ ਕਰੋ ਯਾਰ। ਉਹ ਵੀ ਅਟੋ ਹੁਣ ਅਸੀਂ ਚੱਲੇ ਹਾਂ ਤਾਰ ਵਾਪਸ ਕਰਾਉਣ ਵਾਸਤੇ ਚੋਰੀ ਕੋਲ। ਲੋ ਅਟੋ ਕੇਬਲ ਜਿਹੜੀ ਸਾਨੂੰ ਲੱਭ ਗਈ ਨਵੀਂ, ਇਹ ਲਾ ਕੇ ਟਰਾਈ ਕਰਨੇ ਠੀਕ ਰਹਿੰਦੀ ਹੈ ਕਿ ਨਹੀਂ, ਬਾਕੀ ਗੱਡੀ 'ਚ ਪਈਏ ਚੋਰੀ ਨੂੰ ਕੁਛ ਖਵਾ ਲੈ ਜਾਈਏ, ਕਿਉਂਕਿ ਚੋਰੀ ਬਹੁਤ ਜ਼ਿਆਦਾ ਤੰਗ ਆ। Back in the day I had decent bitches, but they ain't got nothing on my recent women. What would you do in C's position? They gave me a fish, they didn't teach me fishing. ਅਸੀਂ ਕਰ ਲੈਣਾ ਜ਼ੈਨ ਨੂੰ ਇੱਥੇ ਹਾਰਡ ਏਸ ਤੇ। ਲੋ ਜੀ ਯਾਰ ਸਭ ਚੱਲੇ ਨੇ ਅੰਦਰ ਕੁਛ ਖਾਣ ਲਈ, ਚੱਲ ਉਹ ਖੈਰ ਗਾਇਸ ਆਰਡਰ ਕਰਕੇ ਸੀ ਬਹਿ ਗਿਆ, ਗਾਣੇ ਲੱਗੇ ਨੇ ਸੋ ਆਵਾਜ਼ ਨਹੀਂ ਆ ਰਹੀ ਸਾਡੀ ਖਾਸ, ਔਰ ਕਾਪੀਰਾਈਟ ਆ ਸਕਦਾ ਸੋ ਜੱਟ ਸਾਹਿਬ ਕਰਨ ਦੇ ਨੇ ਵੇਟ। ਰੋਟੀ ਦਾ ਵੇਟ ਕਿੱਦਾਂ ਜਾ ਰਿਹਾ, ਆਉਂਦੀ ਤੁਹਾਨੂੰ ਚੈੱਕ ਕਰਾਉਂਦੇ ਹਾਂ, ਬਾਕੀ ਜੱਟ ਸਾਹਿਬ ਜਿਹੜੇ ਨੇ ਖੇਡਣ ਦੇ ਨੇ, ਖਿੱਚੀ ਚੱਲ ਖਿੱਚੀ ਚੱਲ
खा पी लिया हूं जा रहे हैं गड्डी दे तुसीं वेख सकदे होणे होंगे शीशे असीं कराए होए ने पेपर शेपर ला के ना अजकल जरा ही शरीफ होए हैं समझदे हो सो उतों लै लईए शेड्स शहरों उस तों बाद असीं लाणा चीमी पीणू उस बाद चीमे नूं लाणा सो जी आ चीमा जा रहे हैं शेड्स लैण वास्ते सो जी शेड्स आ गए ने शेड ले लें किन्ने का ले कितने का एक दे रहे हो आप बताएं कितने का लेंगे हमें तो फ्री में दे दो भाई मैंने तो सुबह से कुछ भी नहीं खाया प्लीज ले लें भाई जान भाई आप जैसे बंदे एक से लोगों का आँख आ जाते हैं कुछ नहीं खाया अच्छा दस चाहिए है यू सो गाइस असि जिहड़े शेड्स लै सन ओह जनाब अगे वाले फिट सन पिछे वाले जिहड़े ना फिट नहीं सन आ रहे इस करके ओह जिहड़े शेड्स ने ओए 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 उसी वापस कर कैमरे में उंगल दे दी भाई नहीं चलिया चीमा लान लो ही चीमा साहब अल्लाह हाफिज फिर ओ उधर बोले अपनी जा रहे अल्लाह हाफिज जा हुण ई हो गई तरक ठुड्डा मारा जा 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 लो जी ਲਈ ਚੀਮਾ ਸਾਹਿਬ ਨੂੰ ਅਸੀਂ ਚੀਮਾ ਸਾਹਿਬ ਅੱਲਾ ਲਈ ਚੀਮਾ ਸਾਹਿਬ ਨੂੰ ਓਕੇ ਸਨ ਬਾਏ ਓ ਜਾ ਲਓ ਜੀ ਅਸੀਂ ਘਰ ਵਾਪਸ ਆ ਗਏ ਹਾਂ ਸੋ ਵਲੌਗ ਨੂੰ ਇੱਥੇ ਕਰਨੇ ਆ ਖਤਮ ਬਾਕੀ ਡਿਟੇਲ ਤੁਹਾਨੂੰ ਦੱਸਣਾ ਕਿ ਟੈਸਟ ਜਿਹੜਾ ਕਿਉਂ ਕਰਵਾਇਆ ਪਰ ਕੀ ਵਜ੍ਹਾ ਸੋ ਗਾਇਜ਼ ਵਲੌਗ ਨੂੰ ਇੱਥੇ ਖਤਮ ਕਰਨੇ ਆ ਬਾਏ ਦਾ ਵੇ ਜਿਹੜੇ ਜਾਣਦੇ ਨੇ ਉਹਨੂੰ ਪਤਾ ਹੀ ਹੋਣਾ ਟੀਵੀ ਟੈਸਟ ਕਾਹਦੇ ਵਾਸਤੇ ਹੁੰਦਾ ਜਿਹੜੇ ਨਹੀਂ ਜਾਣਦੇ ਹੁਣ ਇਹ ਦੱਸਾਂਗਾ ਕਿ ਭਾਅ ਜੀ ਇਹ ਕਰਾਉਣਾ ਪੈਂਦਾ ਜੀ ਨੂੰ ਟਰੈਵਲ ਕਰਨ ਵਾਸਤੇ ਬਟ ਇਹ ਵੇਖ ਕੇ ਨਹੀਂ ਕਿ ਮੈਂ ਕੱਲ੍ਹ ਪਰਸੋਂ ਚੱਲਾਂ ਵਾਂ ਇਹ ਬਸ ਉਂਝ ਹੀ ਲਾ ਲਓ ਕਿ ਉਂਝ ਵੀ ਮੈਂ ਟੈਸਟ ਕਰਾਉਂਦਾ ਰਹਿੰਦਾ ਬਟ ਇਹ ਟੈਸਟ ਜਿਹੜੇ ਨੇ ਚਲੋ ਥੋੜ੍ਹੇ ਸਪੈਸ਼ਲ ਯੂ ਨੋ ਉੱਥੋਂ ਕਰਾ ਲੈਣੇ ਸੋ ਦੈਟਸ ਵਾਈ ਬਾਕੀ ਰਿਜ਼ਲਟ ਜਿਹੜਾ ਉਹ ਇਨਸ਼ਾਅੱਲਾ ਕੱਲ੍ਹ ਪਰਸੋਂ ਤੱਕ ਆ ਜਾਏਗਾ ਸੋ ਵਲੌਗ ਨੂੰ ਤਾਂ ਖਤਮ ਕਰਨੇ ਆ ਮੈਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਲਾਫੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਬਾਏ ਦਾ ਵੇ ਬਹੁਤ ਸ਼ੁਕਰੀਆ 100K ਵਾਸਤੇ ਵਨਸ ਅਗੇਨ ਹੁਣ ਤਾਂ 103K ਤੋਂ ਵੀ ਕ੍ਰੋਸ ਕਰ ਗਏ ਨੇ ਜੱਟ ਸਾਹਿਬ ਬਾਏ ਬਾਏ ਸੋ ਖਤਮ ਕਰਨੇ ਵਲੌਗ ਨੂੰ ਅੱਲਾ ਹਾਫਿਜ਼।